ਤੇ ਹੁਣ ਗੱਲ ਕਰਦੇ ਆ ਅਮਰੀਕਾ ਦੀ ਜਿੱਥੇ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੇ ਉਮੀਦ ਪ੍ਰਗਟਾਈ ਹੈ ਕਿ ਬਾਈਡਨ ਪ੍ਰਸ਼ਾਸਨ ਗ੍ਰੀਨ ਕਾਰਡ ਲਈ ਦੇਸ਼ਾਂ ਦੀ ਹੱਦ ਖਤਮ ਕਰੇਗਾ। ਜੀ ਹਾਂ, ਬਹੁਤ ਜ਼ਿਆਦਾ ਕਾਬਿਲ ਪ੍ਰਵਾਸੀਆਂ ਲਈ ਨਿਰਪੱਖ ਇਮੀਗ੍ਰੇਸ਼ਨ ਕਾਨੂੰਨ ਦੇ ਕੋ-ਸਪਾਂਸਰ ਅਤੇ ਫਿਰ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਇਲੀਨੋਇਸ ਰਾਜਾ ਕ੍ਰਿਸ਼ਨ ਮੂਰਤੀ ਦਾ ਕਹਿਣਾ ਹੈ ਕਿ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਲਈ ਦੇਸ਼ਾਂ ਦੀ ਹੱਦ ਖਤਮ ਕਰਨ ਨਾਲ ਭਾਰਤੀ ਆਈਟੀ ਪੇਸ਼ੇਵਰਾਂ ਦਾ ਲੰਮਾ ਇੰਤਜ਼ਾਰ ਖਤਮ ਹੋਏਗਾ। ਜਿਨ੍ਹਾਂ ਨੂੰ ਅਮਰੀਕਾ ਵਿੱਚ ਆਈਟੀ ਉਦਯੋਗ ਵਿੱਚ ਹੁਨਰ ਦੀ ਕਮੀ ਪੂਰਾ ਕਰਨ ਲਈ ਲਿਆਂਦਾ ਜਾਂਦਾ ਹੈ। ਕ੍ਰਿਸ਼ਨ ਮੂਰਤੀ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਜੋ ਬਾਈਡਨ ਪ੍ਰਸ਼ਾਸਨ ਦੇ ਤਹਿਤ ਉਹ ਸੈਨੇਟ ਦੇ ਮਾਧਿਅਮ ਨਾਲ ਇਸ ਕਾਨੂੰਨ ਨੂੰ ਪਾਸ ਕਰਨ ਵਿੱਚ ਸਮਰੱਥ ਹੋਣ ਜਾ ਰਹੇ ਨੇ। ਇਸ ਤੋਂ ਇਲਾਵਾ ਭਾਰਤੀ ਮੂਲ ਦੇ ਸੰਸਦ ਮੈਂਬਰ ਐਮੀ ਬੇਰਾ, ਪ੍ਰਮਿਲਾ ਜੈਪਾਲ ਅਤੇ ਫਿਰ ਰੋ ਖੰਨਾ ਨੇ ਵੀ ਭਾਰਤੀ ਪੇਸ਼ੇਵਰਾਂ ਲਈ ਗ੍ਰੀਨ ਕਾਰਡ ਦਾ ਕੋਟਾ ਵਧਾਉਣ ਦੀ ਵਕਾਲਤ ਜ਼ਰੂਰ ਕੀਤੀ ਹੈ। ਅੱਗੇ ਵਧਦੇ ਹਾਂ। ਕੈਲੀਫੋਰਨੀਆ ਵਿੱਚ ਡਿਸਟ੍ਰਿਕਟ 10 ਤੋਂ ਯੂਐਸ ਕਾਂਗਰਸਮੈਨ ਜੋਸ਼ ਹਾਰਡਰ ਵੱਲੋਂ ਬੀਤੇ ਦਿਨੀ ਮੈਂਟੀਕਾ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਗੁਰਮਤ ਪ੍ਰਕਾਸ਼ ਵਿੱਚ ਸ਼ਿਰਕਤ ਕੀਤੀ ਗਈ। ਦਰਅਸਲ ਉਹਨਾਂ ਵੱਲੋਂ ਇਹ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਆਖਿਰ ਕੋਵਿਡ-19 ਦੇ ਇਸ ਸਮੇਂ ਵਿੱਚ ਵੀ ਸਿੱਖ ਭਾਈਚਾਰੇ ਵੱਲੋਂ ਕਿਸ ਤਰ੍ਹਾਂ ਹੋਰਨਾਂ ਦੀ ਮਦਦ ਲਈ ਵੱਧ ਚੜ੍ਹ ਕੇ ਕਦਮ ਵਧਾਏ ਜਾ ਰਹੇ ਨੇ। ਅਤੇ ਫਿਰ ਇਸ ਮੌਕੇ ਉਹਨਾਂ ਨਾਲ ਉਹਨਾਂ ਦੀ ਪਤਨੀ ਵੀ ਮੌਜੂਦ ਸਨ, ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਤੇ ਖਾਸ ਗੱਲ ਇਹ ਵੀ ਰਹੀ ਕਿ ਇਸ ਫੇਰੀ ਦੌਰਾਨ ਕਾਂਗਰਸਮੈਨ ਜੋਸ਼ ਹਾਰਡਰ ਨਾਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਮੈਂਟੀਕਾ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਆਪਣੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਉਹਨਾਂ ਨੂੰ ਵੀ ਜਾਣੂ ਕਰਵਾਇਆ। ਗੌਰਤਲਬ ਹੈ ਕਿ ਇਸ ਖਾਸ ਮੌਕੇ ਤੇ ਮੈਂਟੀਕਾ ਸ਼ਹਿਰ ਦੇ ਮੇਅਰ ਸਮੇਤ ਕਾਉਂਸਲ ਮੈਂਬਰ ਗੈਰੀ ਸਿੰਘ ਅਤੇ ਫਿਰ ਪਲਾਨਿੰਗ ਕਮਿਸ਼ਨਰ ਪਰਮਿੰਦਰ ਸਿੰਘ ਸਾਹੀ ਸਾਹਿਬ ਵੀ ਮੌਜੂਦ ਰਹੇ।